ਬੋਲਾ ਕਿੰਨਾ ਕੇ ਦੇਖੋ 15 ਕਿਲੋ ਬਾਜੀ ਬੱਚੇ ਸਮੇਤ ਦੋਆ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਬੋਲਾ ਵੇ 14 ਤੋਂ 15 ਕਿਲੋ ਵੇ ਭਾਈ ਫਰਾਜ਼ ਉਂਗਲ ਉਂਗਲ ਮੋਟੀ ਚੋਣੇ ਵੀ ਜੀ ਬੱਚੀ ਦੀ ਲਬਾਸ ਵੀ ਚੰਗਾ ਕੀਤਾ ਥਾਨਵੀ ਸੋਹਣੇ ਪਾਵਰਫੁਲ ਮਾਸ਼ਾਅੱਲਾ ਜੀ ਜੀ ਉਂਗਲ ਉਂਗਲ ਮੋਟੀ ਭਾਈ ਫਰਾਜ਼ ਚੋਣੇ ਮੱਝਾਂ ਨੇ ਥਾਨੇ ਵੀ ਜਿੰਦਾਬਾਦ ਥਾਨਵੀ ਦੋਰੇ ਜੀ ਠੀਕ ਹੈ ਬੋਲਾ 14 ਕਿਲੋ ਦੋਆ ਟਾਈਮਾਂ ਦਾ ਟੋਟਲ ਬੱਚੇ ਸਮੇਤ ਇਹ ਪਿੱਛੇ ਦੇ ਬੱਚਾ ਜਾ ਵੀ ਦੋਸਤਾਂ ਵੇਖ ਲੈਣਾ ਭਾਈ ਲੰਮੀ ਟੋਰ ਕੇ ਲਿਆਓ ਜ਼ਰਾ ਨੰਬਰ 3 ਤੇ ਚੈੱਕ ਕਰਨੇ ਆ ਪੇ ਨਸਲ ਕੀ ਵੀਰ ਜੀ ਇਹਦੀ उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे अज दिन जी मंगल दा ते इस टाइम शालकोट दे नामवर ते शेर दिल व्यापारी वीर मुदस्सर साहब दे डेरे ते मौजूद आ ते माशाल्लाह जी वीर मुदस्सर एक दफा फिर आ गया ते छा गया भाई मुदस्सर साहब मेहनत करके दोस्तों वास्ते सत खूबसूरत असली ते नस्ली मुनासिब कीमत वालियां गावां इस तों अलावा तीन खूबसूरत पहलवान झोटियां भी लैके आए हैं जिन्हां च माशाल्लाह जी एक खांगड़ झोटी भी मौजूद है कम से कम कीमत है जी 2,35,000 सारे जानवरों की तसली कराने उन्हां दा जिहड़ा प्यार मुहब्बत वाला जायज़ मुनासिब रेट है वह भी मालूम कर रहे हैं वीर जी आओ जी सामने जी अस्सलाम वालेकुम वालेकुम सलाम जी जी वीर जी क्या हाल है ठीक हो खैर भाई फराज़ शुक्र है अल्लाह का सुनाओ ठीक ठाक अल्लाह पाक दा बड़ा शुक्र हो जी ज्यादा बड़ा करम है अपने काम दे खिलाड़ी हो शौक भी अच्छा करवांदे हो मेरे नाल कोई महीना दो गया तुसी गैब होए सो जी तुहाडी कोई अपनी मसरूफियत सी ते ईद ते तुसी दूसरा माशाल्लाह नाल काम शुरू कीता जी अज फिर आ गए हो अज फिर तुहां चाहियां ने इंशाल्लाह दोस्तां नु फिर अपना ते अपने डेरे दा भी तारफ करवा दियो भाई फराज़ तहसील पसरूर जिला सियालकोट अड्डा मंडी ठरो ਮੰਡੀ ਤੁਹਾਡੇ ਤੋਂ ਵੀਰ ਜੀ 1 ਕਿਲੋਮੀਟਰ ਦੇ ਪਿੰਡ ਹੈ ਸਾਡਾ ਬਾਂਬੇ ਉੱਥੇ ਵੀਰ ਜੀ ਡੇਰਾ ਸਾਡਾ ਵੀਰ ਮੁਦੱਸਰ ਦਾ ਅੱਜ ਖੜਾ ਕੀ ਹੈ ਇਨਸ਼ਾਅੱਲਾ ਭਾਜੀ ਪੂਰੀ ਕੋਸ਼ਿਸ਼ ਕਰਾਂਗੇ ਦੋਸਤ ਕਹਿਣਗੇ ਵੀਰ ਜਿਹੜਾ 2 ਮਹੀਨੇ ਗੈਪ ਰਿਹਾ ਅੱਜ ਵੀਰ ਨੇ ਕਸਰ ਕੱਢ ਛੜੀ ਇਨਸ਼ਾਅੱਲਾ ਭਾਜੀ ਕਰੀਏ ਫਿਰ ਸ਼ੁਰੂ ਇਨਸ਼ਾਅੱਲਾ ਕਰ ਆਓ ਜੀ ਭਾਈ ਜਾਨ ਲੈ ਕੇ ਆ ਮਾਸ਼ਾਅੱਲਾ ਜੀ ਬਾਈ ਤਨਵੀਰ ਸਾਹਿਬ ਆਓ ਜੀ ਮੁਬਸ਼ਰ ਸਾਹਿਬ ਆਉਂਦੇ ਆਓ ਜੀ ਭਾਈ ਮੁਬਸ਼ਰ ਸਾਹਿਬ ਲਿਆਓ ਜੀ ਟੋਟਲ 10 ਜਾਨਵਰ ਨੇ 1 ਖਾਂਗੜ ਮੱਝ ਵੀ ਆ ਮਾਸ਼ਾਅੱਲਾ ਜੀ ਵੈੜ ਨੰਬਰ 1 ਆ ਗਈ ਹੈ ਜੀ ਭਾਈ ਮੁਦੱਸਰ ਸਾਹਿਬ ਗੱਬਨ ਹੈ ਜੀ ਭਾਈ ਫਰਾਜ਼ ਗੱਬਨ ਦੀ ਐਵੇਂ ਨਾ ਕੋਈ ਦਿਹਾੜੀ 2 ਹੀ ਲੈਂਦੀ ਹੈ ਵੀਰ ਜੀ ਹੁਣ ਤਿਆਰੀ ਹੈ ਤਿਆਰੀ ਹੈ ਦਿਨ ਤਕਰੀਬਨ ਕੋਈ 2 ਕਿ ਲੈਂਦੀ ਹੈ ਭਾਈ ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ ਤੇ ਜਿਹੜੇ ਥਣ ਲੱਗੇ ਨੇ ਦੋਸਤਾਂ ਉਹ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਕਾਲੇ ਮੱਝਾਂ ਵਾਲੇ ਥਣ ਲੱਗੇ ਨੇ ਸੋਹਾ ਕਿੰਨਵਾ ਸੋਹਣਾ ਜੀ ਇਹਨੇ ਭਾਈ ਫਰਾਜ਼ ਦੂਸਰਾ ਸੋਹਾ ਵੀਰ ਜੀ ਇਹਨੇ ਸੋਹਣਾ ਸੋਹਾ ਦੂਸਰਾ ਸੋਹਣਾ ਮਾਸ਼ਾਅੱਲਾ ਜੀ ਕ੍ਰਾਸ ਬਰੀਡ ਬਰੀਕ ਪਸ਼ਮ ਹੈ ਗੱਬਾ ਨੇ ਨੰਬਰ 1 ਤੇ ਚੈੱਕ ਕਰਾਣੇ ਆ ਪੇ ਲਿਆਓ ਭਾਈ ਪਰਤਾ ਕੇ ਨਸਲ ਕੀ ਹੈ ਵੀਰ ਜੀ ਇਹਦੀ ਭਾਈ ਫਰਾਜ਼ ਸਾਈਵਾਲ ਵਲੈਤੀ ਜੇ ਵੀਰ ਜੀ ਵਲੈਤੀ ਤੇ ਸਾਈਵਾਲ ਕਰਾਸ ਹੈ ਮਜ਼ਬੂਤ ਕਰਾਸ ਹੈ ਗਰਮੀਆਂ ਦਾ ਤੋਹਫਾ ਰਵੇਲ ਕਾਫੀ ਹੈ ਸ਼ਰਾਫਤ ਵੀ ਦੋਸਤਾਂ ਵੇਖ ਇਹ ਚੈੱਕ ਕਰੋ ਜੀ ਇਹ ਹੁੰਦੀ ਹੈ ਸ਼ਰਾਫਤ ਤੇ ਥਣ ਵੀ ਸੋਹਣੇ ਮਾਸ਼ਾਅੱਲਾ ਜੀ ਪਾਵਰਫੁਲ ਮੱਝਾਂ ਵਾਲੇ ਥਣ ਨੇ ਭਾਈ ਫਰਾਜ਼ ਤੇ ਸ਼ਰਾਫਤ ਵੇਖੋ ਨਾ ਕੋ ਵੰਗਾ ਨਾ ਗੱਲ ਨਾ ਬਾਤ ਜ਼ਿੰਦਾਬਾਦ ਹਾਂਜੀ ਇਹ ਆ ਵੀ ਗਰਮੀਆਂ ਦਾ ਤੋਹਫਾ ਲੈ ਚਲੋ ਭਾਈ ਮੁਬਸ਼ਰ ਸਾਹਿਬ ਲੰਮੀ ਟੋਰ ਕੇ ਖੜਿਓ ਜੀ ਸਾਈਵਾਲ ਤੇ ਵਲੈਤੀ ਕਰਾਸ ਹੈ ਗਰਮੀ ਇਨਸ਼ਾਅੱਲਾ ਨਹੀਂ ਕਰੇਗੀ ਜਿਹੜਾ ਦੁੱਧ ਹੈ ਉਹ ਵੀ ਫੈਟ ਵਾਲਾ ਹੋਏਗਾ ਨੰਬਰ 1 ਤੇ ਚੈੱਕ ਕਰਾਈਏ ਇਹ ਵੀ ਸਾਊ ਹੈ ਜੀ ਭਾਈ ਮੁਦੱਸਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 1 ਦਾ ਭਾਈ ਫਰਾਜ਼ ਇਹਦਾ ਰੇਟ ਜੇ ਵੀਰ ਜੀ 2,55,000 ਰੁਪਈਆ 2,55,000 ਜਾਨਵਰ ਪਹਿਲਾ ਰੇਟ ਵੀ ਸੋਹਣਾ ਲੇਕਿਨ ਥੋੜਾ ਜਿਹਾ ਐਵੇਂ ਰੂਟੀਨ ਬਣ ਗਈ ਇਹਦਾ 2.5 ਕਰ ਛੜੋ ਸਿੱਧਾ ਸਿੱਧਾ 2,50 ਕਰ ਭਾਈ ਫਰਾਜ਼ 2.5 ਦੀ ਹੋ ਗਈ ਵੀਰ ਜੀ 2,50 ਹੋ ਗਿਆ ਹਾਂਜੀ 2,50,000 ਰੁਪਈਆ A1 ਹੋ ਗਿਆ ਮਾਸ਼ਾਅੱਲਾ ਜੀ ਹਾਂਜੀ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਨੰਬਰ 1 ਤੇ ਚੈੱਕ ਕਰਾਈਏ ਭਾਈ ਮੁਬਸ਼ਰ ਸਾਹਿਬ ਅਗੂੰ ਜਾਨਵਰ ਲੈ ਆਉਣ ਆਵੇ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਅੱਜ ਹੀ ਸੂਈ ਜੇ ਹਾਂਜੀ ਭਾਈ ਫਰਾਜ਼ ਥੋੜੀ ਦੇਰ ਪਹਿਲੇ ਹੀ ਸੂਈ ਜੋਰ ਸ਼ੋਰ ਸੁੱਟੀ ਹੈ ਬੱਚੀ ਨੇ ਸਿਰਫ ਜੋਰ ਸੁੱਟ ਲਈ ਹੈ ਕੁਝ ਦੇਰ ਪਹਿਲੇ ਕੁਝ ਘੰਟੇ ਪਹਿਲੇ ਸੂਈ ਹੈ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਦੀ ਵੇਖਣੀ ਹੈ ਸੁਆ ਕਿੰਨਾ ਸੂਈ ਹੈ ਜੀ ਭਾਈ ਫਰਾਜ਼ ਦੂਸਰਾ ਸੁਬਾ ਜੇ ਤੇ ਵੀਰ ਜੀ ਇਹ 4 ਦੰਦ ਜੇ ਮੂੰਹ ਚ ਚੋਕੀ 4 ਦੰਦ ਤੇ ਸੁਆ ਦੂਸਰਾ ਪਹਿਲੀ ਚੁਆਈ ਕੀਤੀ ਹੈ ਜਾਂ ਕਰਨੀ ਹੈ ਨਹੀਂ ਭਾਈ ਫਰਾਜ਼ ਚੱਕ ਚੋਕੀ ਬਸ ਕੀਤੀ ਹੈ ਥਾਣ ਕਲੀਅਰ ਕੀਤੇ ਨੇ ਜਾਨ ਨੂੰ ਕੋਈ ਮੂੰਹ ਚੁਮਰਵਾਇਆ ਹੋਣਾ ਜੀ ਹਾਂਜੀ ਸੁਬਾ ਦੂਸਰਾ ਵੇ 4 ਦੰਦ ਦੇ ਮਾਸ਼ਾਅੱਲਾ ਜੀ ਰਵੇਲ ਵੀ ਦੋਸਤਾਂ ਵੇਖਣੀ ਹੈ ਭਾਈਆਂ ਨਾਲੇ ਚੁਆਈ ਨਹੀਂ ਕੀਤੀ ਤੇ ਉਹਨਾਂ ਦੱਸਿਆ ਕਿ ਨਹੀਂ ਕੀਤੀ ਬਜਾਏ ਇਸ ਦੇ ਕਹਿੰਦੇ ਜੀ ਕਿ ਪੋਲੀ ਕੀਤੀ ਹੈ ਜਾਂ ਮੁਕੰਮਲ ਕੀਤੀ ਹੈ ਨਹੀਂ ਭਾਈ ਖਲਾ ਰਹੇ ਵੀ ਚੁੰਗੀ ਹੈ ਚਿਹਰਾ ਵੀ ਦੋਸਤਾਂ ਵੇਖ ਲੈਣਾ ਜੀ ਨਸਲ ਕੀ ਵੀਰ ਜੀ ਭਾਈ ਫਰਾਜ਼ ਜਰਸੀ ਚੋਲਸਤਾਨੀ ਜੇ ਵੀਰ ਜਰਸੀ ਤੇ ਚੋਲਸਤਾਨੀ ਬਿਲਕੁਲ ਜੀ ਮਜ਼ਬੂਤ ਕਰਾਸ ਹੈ ਜਸਾਮਤ ਕੀ ਢੀ ਕੰਨ ਛੋਟੇ ਨੇ ਭਾਈ ਲੈ ਚਲੋ ਜਾ ਤੇ ਇਥਾਣੀ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ 4 ਦੰਦ ਦੇ ਤੇ ਸੁਆ ਦੂਸਰਾ ਜੀ ਜਾ ਕੀ ਪਿੱਛੇ ਦੇ ਭਾਈ ਫਰਾਜ਼ ਵੱਛੀ ਜੇ ਵੱਛੀ ਮਾਸ਼ਾਅੱਲਾ ਜੀ ਕਰਮ ਵਾਲੀਆਂ ਆ ਵੀ ਦੋ ਨੇ ਇਹ ਪਿੱਛੇ ਦੇ ਬੱਚੀ ਜੋ ਆ ਵੀ ਦੋਸਤਾਂ ਵੇਖ ਲੈਣਾ ਜੀ ਕੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਜੀ ਵੀਰ ਜੀ ਕੀ ਰੇਟ ਹੈ ਜੀ ਵੈਟ ਨੰਬਰ 2 ਦਾ ਭਾਈ ਫਰਾਜ਼
ਇਹਦਾ 2,45,000 ਰੁਪਈਆ 2,45,000 ਜੀ ਬਿਹਤਰ ਹੋ ਗਿਆ ਦੋ ਹੀ ਨੇ ਕੀਮਤ 2,45 ਅੱਗੇ ਭਾਈ ਆਓ ਜੀ ਨੰਬਰ 3 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ ਕਿੰਨਵਾਂ ਸੋਆ ਜੀ ਵੀਰ ਜੀ ਦਾ ਭਾਈ ਫਿਰ ਦੂਸਰਾ ਹੀ ਸੋਆ ਵੀਰ ਜੀ ਦਾ ਤੋਰ ਭਾਈ ਜਾਨ ਸੋਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ ਨੰਬਰ 3 ਤੇ ਚੱਕਰ ਨੇ ਇਹ ਰਾਜ ਜਾ ਕੇ ਲਾਓ ਜ਼ਰਾ ਭਾਈ ਮੁਬਸ਼ਰ ਇੱਥੇ ਸਿੱਧੀ ਕਰਿਓ ਜ਼ਰਾ थन दोस्तों वेखने ने सोने पावरफुल मुठी माशाल्लाह जी मझा थन लगे ने ए भी क्रॉस ब्रीड है गर्मियों का भी तोहफा है सुबह दूसरा दिन होया इनू वीर सुई नू बोले देवे हां जी बोला किन्ना के देखो 15 किलो भाजी बच्चे समेत दोआ टाइम दा टोटल बच्चे समेत जड़ा बोला वे 14 तो 15 किलो वे भाई फराज उंगल उंगल मोटी चोने वीर जी बच्चे दी लिबास भी चंगा कीता थन भी सोने पावरफुल माशाल्लाह जी उंगल उंगल मोटी भाई फराज चोने मझा ने थन ने वीर जिंदाबाद थन भी दोरे जी ठीक है बोला 14 किलो दोआ टाइम दा टोटल बच्चे समेत ए पीछे दे बच्चा जाग दोस्तों वेख लेना भाई लंबी टोर के ले आओ जरा नंबर 3 ते चक्कर ने आ पे नस्ल की वीर जी दी जर्सी ते चोलस्तानी चेहरा भी दोस्तों वेखना मजबूत ग्रास है गर्मियां दा तोहफा वे ए पीछे दे बच्चा बच्चे दी बच्चे दी बन दोस्तों ने चेक कराओ ए चक्कर सोना बच्चा जी भाई फराज जिंदाबाद सेम कलर च बच्चा जी ले चलो भाई मुबशर लंबी टोर के खड़े माशाल्लाह जी क्रॉस ब्रीड है जर्सी ते चोलस्तानी क्रॉस है थानवी सोने पावरफुल मझां ले लगे ने बोला दोआ टाइम दा टोटल बच्चे समेत 14 किलो वे नंबर 3 ते चेक कराइए जी वीर जी की रेट है जी सोना जिहा खड़ा गला भाई फराज रेट इहदा वीर जी 3,05,000 रुपया अज अच्छा हां जी 3,05,000 जी जी अरादा ते 3,25,000 दा ही लेकिन 3,05,000 रुपया कीमत जी बेहतर हो गया जी हां जी बोला 14 किलो हां जी कीमत 3,05,000 अगे भाई लियाओ जी नंबर 4 वाली अगे आ गई जी नंबर 4 ते आ गई है ये रज लियाओ जा अभी अगे जी वीर जी किनवा सुआ सुई है जी भाई फराज दूसरा सुबह है वीर जी सुबह दूसरा वे पहलवान चीज है जसम दोस्तों देख लेनी है हुसन चेक करना है प्रिंट भी जबरदस्त है पूरी गोल मटोल है प्यारे बे इथे जरा खिलारनी है किदन दी सुई है जी भाई फराज इन हो गए 3 दिन सुई नु भी 3 दिन हो गए ने बोले ते वे थन दोस्तों दे भी चेक करने ने जा की पीछे दे भाई फराज बच्चा जे ए पीछे बच्चा ए भी साऊ है माशाल्लाह जी हां जी साऊ सी ने भाई फराज साहब जिंदाबाद प्रिंट भी जबरदस्त है ए भी हुसन अली है चंगी सेहतमंद है पहलवान चीज है टोरे भाई जान 3 दिन हो गए ने सुबह दूसरा सुई है बोला किन्ना के वीर जी दे कोल भाई फराज एदे कोल भी 14 ਦੋਆ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਬੋਲਾ ਵੇ 14 ਤੋਂ 15 ਕਿਲੋ ਵੇ ਇਹ ਰਾਜੀ ਜਿੰਜ ਤੁਹਾਡੀ ਜਸਾਮਤ ਤੇ ਤੁਹਾਨੂੰ ਅਜ਼ੀਬ ਨਹੀਂ ਦਿੰਦਾ ਕਿ ਜਾ ਤੁਸੀਂ ਪਿੱਛੇ ਪਿੱਛੇ ਟੋਰੋ ਤੁਸੀਂ ਪਹਿਲਵਾਨ ਹੋ ਦੁੱਧ ਤੁਹਾਂ ਪੀਤਾ ਵੇ ਵੇਖੋ ਨਾ ਜਾ ਤੁਹਾਡੇ ਕੋਲ ਨਹੀਂ ਟੁਰਦਾ ਪਿਆ ਫਿਰ ਮਜ਼ੇਦਾਰੀ ਨਹੀਂ ਬਣਨੀ ਬੋਲਾ 14 ਕਿਲੋ ਹਾਂਜੀ ਨਸਲ ਕੀ ਵੀਰ ਜੀ ਦੀ ਭਾਈ ਫਰਾਜ਼ ਇਹ ਵਲੈਤੀ ਤੇ ਚੋਲਸਤਾਨੀ ਜੇ ਵੀਰ ਜੀ ਵਲੈਤੀ ਤੇ ਚੋਲਸਤਾਨੀ ਮਾਸ਼ਾਅੱਲਾ ਜੀ ਭਾਈ ਚਲਾ ਸਾਹਮਣੇ ਕਰਿਓ ਜੀ ਮਜ਼ਬੂਤ ਕਰਾਸ ਹੈ ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਵਲੈਤੀ ਤੋਂ ਮਰਾਦ ਜਰਸੀ ਜਾਂ ਫਰੀਜ਼ੀਅਨ ਜੇ ਹਾਂਜੀ ਜਰਸੀ ਭਾਈ ਫਰਾਜ਼ ਜਰਸੀ ਹਾਂਜੀ ਠੀਕ ਹੈ ਜਰਸੀ ਤੇ ਚੋਲਸਤਾਨੀ ਹੈ ਜੀ ਠੀਕ ਹੈ ਬਿਹਤਰ ਹੋ ਗਿਆ ਜੀ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਲੈ ਚਲੋ ਭਾਈ ਜਾਨ ਇਹ ਮਜ਼ਬੂਤ ਗਰਾਸ ਹੈ ਜਾਨ ਮੱਛੀ ਦੀ ਚੈੱਕ ਕਰਾ ਹੋਰੀ ਮੈਂ ਦੱਸਿਆ ਰੈਡੀ ਜੀ ਲੈ ਚਲੋ ਭਾਈ ਲੰਮੀ ਟੋਰ ਕੇ ਥਾਣੀ ਦੋਸਤਾਂ ਵੇਖਨੇ ਨੇ ਲਿਬਾਸ ਵੀ ਚੰਗਾ ਕੀਤਾ ਭਾਈ ਫਰਾਜ਼ ਮੱਝਾਂ ਵਾਲਾ ਸੋਹਣਾ ਮੈਦਾਨ ਲਾਇਆ ਤੇ ਪੁੱਠਾ ਵੀ ਹੁਣ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਚੰਗਾ ਝੋੜਾ ਪੁੱਠਾ ਜੀ ਮੱਝਾਂ ਦਾ ਲਿਖਾ ਮਾਸ਼ਾਅੱਲਾ ਜੀ ਕੀ ਰੇਟ ਹੈ ਜੀ ਵੀਰ ਜੀ ਵੈਡ ਨੰਬਰ 4 ਭਾਈ ਫਰਾਜ਼ ਇਹਦਾ ਰੇਟ ਹੈ ਵੀਰ ਜੀ ਪੱਕਾ ਫਾਈਨਲ 2,85,000 ਰੁਪਈਆ 2,85 ਹਾਂਜੀ ਜ਼ਿੰਦਾਬਾਦ ਜੀ A1 ਹੋ ਗਿਆ ਵੀਰ ਜੀ ਹਾਂਜੀ ਐਕਸੀਲੈਂਟ ਅਗੇ ਭਾਈ ਲਿਆਓ ਜੀ ਨੰਬਰ 5 ਵਾਲੀ ਹੀਰਾ ਵੀ ਖੁਸ਼ ਹੋਇਆ ਅੱਜ ਨੰਬਰ 4 ਤੇ ਚੈੱਕ ਕਰਾਈਏ ਪਹਿਲਵਾਨ ਚੀਜ਼ ਦੀ ਕੀਮਤ 2,85 ਮਜ਼ੀਦ ਕੁਛ ਨਾ ਕੁਛ ਪਿਆਰ ਮੁਹੱਬਤ ਹੋਈ ਇਹਦਾ ਰੇਟ ਤਕਰੀਬਨ ਫਾਈਨਲ ਨੇ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਿਓ ਨਾ ਅੱਗੇ ਵੀ ਅਰਜ਼ ਹੈ ਕਿ ਵੀਰ ਮੁਦੱਸਰ ਨੂੰ ਬਿਲਾ ਵਜਾ ਤੰਗ ਨਹੀਂ ਕਰਨਾ ਕੋਈ 2,000-5,000 ਸਦਾ ਕਸਰ ਜੀ ਹੋਈ ਤੋਂ ਕਢਵਾ ਲੈਣੀ ਹੈ ਐ ਮਾਸ਼ਾਅੱਲਾ ਜੀ ਖੂਬਸੂਰਤ ਚੀਜ਼ ਹੈ ਅੱਛੀ ਜੇ 4 ਦੰਦ ਦੇ ਵੀਰ ਜੀ ਮੂਹ 4 ਦੰਦ ਦੇ ਨੰਬਰ 5 ਤੇ ਚੈੱਕ ਕਰਾਨੇ ਆ ਪਿਆਜ ਦੀ ਵੀਡੀਓ ਦਾ ਸ਼ੋ ਪੀਸ ਹੀ ਹੈ ਪੂਰੀ ਖੂਬਸੂਰਤ ਚੀਜ਼ ਹੈ ਨਫਾਸ ਦੋਸਤਾਂ ਵੇਖਣੀ ਹੈ ਕਾਲੇ ਥਨ ਲੱਗੇ ਨੇ ਭਾਈ ਜਾਨ ਖਿਲਾ ਰਿਓ ਇੱਥੇ ਜ਼ਰਾ ਸਿੰਘ ਚਿੱਟੇ ਨੇ ਚਿਹਰੇ ਦੀ ਖੂਬਸੂਰਤੀ ਵੇਖਣੀ ਮਾਸ਼ਾਅੱਲਾ ਜੀ 4 ਦੰਦ ਸੁਬਾ ਪਹਿਲਾ ਸੋਣਾ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਦਿਨ ਕਿੰਨੇ ਖਿਲਾ ਰਹੀ ਹੈ ਭਾਈ ਫਰਾਜ਼ ਨੇ ਲੈਣੇ ਜੇ ਕੋਈ 7 ਤੋਂ 8 ਦਿਨ ਵਿੱਚ ਇੱਥੇ ਭਾਈ ਖਿਲਾ ਰਿਓ ਐ ਮਾਸ਼ਾਅੱਲਾ ਜੀ ਬਾਡੀ ਸਕੋਰ ਪੂਰਾ ਵੇ ਕੋਈ ਛੋਟੀ ਪਹਿਲ ਨਹੀਂ ਜਸਾਮਤ ਪਿਆਰੀ ਹੈ 4 ਤੋਂ 5 ਦਿਨ ਲਿੰਦੀ ਹੈ ਵੀ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖਣੇ ਨੇ ਸੋਹਣੇ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਤੇ ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਭਾਈ ਹਲਕਾ ਜਿਹਾ ਟੁਰ ਕੇ ਖੜਿਓ ਜੀ ਨਸਲ ਕੀ ਜੇ ਵੀਰ ਜੀ ਦੀ ਭਾਈ ਫਰਾਜ਼ ਜਰਸੀ ਫਰੀਜ਼ੀਅਨ ਜੇ ਵੀਰ ਜਰਸੀ ਤੇ ਫਰੀਜ਼ੀਅਨ ਨਾਲ ਬ੍ਰਾਂਡ ਵੀ ਕਵੋ ਜਰਸੀ ਫਰੀਜ਼ੀਅਨ ਹਾਂਜੀ ਬ੍ਰਾਂਡ ਭਾਈ ਫਰਾਜ਼ ਬ੍ਰਾਂਡ ਚੀਜ਼ ਹੈ ਸ਼ੋ ਪੀਸ ਹੀ ਮਾਸ਼ਾਅੱਲਾ ਜੀ ਫਿਲਹਾਲ ਕੱਚੀ ਹੈ ਪੁੱਠਾ ਵੀ ਦੋਸਤਾਂ ਵੇਖਣਾ ਹੈ ਤੇ ਟੋਰ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ 4 ਦਿਨ ਪਹਿਲਾਂ ਵੈੜ ਹੈ ਜੀ ਜੀ ਵੀਰ ਜੀ ਕੀ ਰੇਟ ਹੈ ਜੀ ਤੋਹਫੇ ਦਾ ਸੋਹਣਾ ਜਿਹਾ ਖੜਾ ਕੀ ਕਰਨੇ ਨਾ ਜਾਣੀ ਭਾਈ ਫਰਾਜ਼ ਬੱਚੀ ਦੇ ਬਾਦ ਦੀ ਬੱਚੀ ਦੇ 3.5 ਲੱਖ ਦੀ ਹੈ ਵੀਰ ਜੀ ਜੀ ਤੇ ਉਹ ਜੇ ਵੇ ਬਕਵਾਰ ਕੱਚੀ ਵੀ ਹੈ ਵੀਰ ਜੀ ਦਾ ਰੇਟ ਮਨਾਸਾ ਵੀ ਲਾਣਾ ਹੈ
नंबर छे ते चेक कराइए माशाल्लाह जी नस्ली चीज है गर्मियों का भी तोहफा है आओ जी वीर जी की रेट है जी बैड नंबर छे का ये रहा गया मैदान चे ये रहा मैदान चे होंदा कदा कर नहीं जो वीर ने रेट किया ना उस 10,000 और डोन कर छड़ने ठीक है भरा साहब कर लेवे हाडी 4 लाख दी ठीक है उन जा हां खड़ा करना 355,000 355,000 फिर ही रहा वड्डा खड़ा करे साढ़े तीन करो सीधा सीधा तीन पजा हो गया जी जिंदाबाद बेहतर हो गया वड्डी जसामत रख दी माशाल्लाह जी नंबर छे चेक कराइए कीमत 3,50,000 अगे भाई लिया जी नंबर 47 अगे आ गई माशाल्लाह जी नंबर 7 आ गई गबन है जी गबन है भाई फराज ठीक है मथे च बैंड भी दोस्तों वेखना बोधी भी चेक कर लेनी है भी मोनी है रवेल काफी है वड्डी जसामत है थोड़ी लिसी है ਸੋਵਾ ਕਿਨਵੇਂ ਦਾ ਭਾਈ ਫਰਾਜ਼ ਦੂਸਰਾ ਸੋਵਾ ਵੀਰ ਜੀ ਇਹਦਾ ਸੋਵਾ ਦੂਸਰਾ ਤੇ ਵਾਰ ਕੋ ਕੱਚੀ ਹੈ ਵੀਰ ਜੀ ਵਿੱਚੀ ਕੋਈ 7-8 ਦਿਨ ਲਿੰਦੀ ਹੈ ਭਈ ਸੋਵਾ ਦੂਸਰਾ ਸੋਣਾ ਮਾਸ਼ਾਅੱਲਾ ਜੀ ਨੰਬਰ 7 ਤੇ ਚੈੱਕ ਕਰਾਨੇ ਆ ਪੇ ਭਾਈ ਅਸਲੀ ਇਹ ਥਾਣਵੀ ਦੋਸਤਾਂ ਵੇਖ ਲੈਣੇ ਨੇ ਖਿਲਾ ਰਹੇ ਭਾਈ ਜਾਨ ਖਿਲਾ ਮਾਸ਼ਾਅੱਲਾ ਇਹ ਵੀ ਮੋਨੀ ਜ਼ਬਰਦਸਤ ਸੌਵੇ ਜੀ ਸੌਵੇ ਭਾਈ ਫਰਾਜ਼ ਠੀਕ ਹੈ ਇਹ ਵੇਖੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸ਼ਰਾਫਤ ਦੀ ਦੋਸਤਾਂ ਵੇਖਣੀ ਵੀਰ ਜੀ ਜ਼ਰਾ ਸਾਈਡ ਤੋਂ ਗੱਲ ਕਰਾਓ ਇਹ ਦੇਖੋ ਇਹ ਚੈੱਕ ਕਰੋ ਜੀ ਇਹ ਵੇਖੋ ਠੀਕ ਹੈ ਹਾਂਜੀ ਕੱਚੀ ਹੈ ਭਾਈ ਫਰਾਜ਼ ਕੋ 7-8 ਦਿਨ ਬੱਚੀ ਜੀ ਬਿਹਤਰ ਹੋ ਗਿਆ ਹਾਂਜੀ ਲੈ ਚਲੋ ਭਾਈ ਜਾਨ ਜਰਸੀ ਕਰਾਸ ਹਾਂਜੀ ਜਰਸੀ ਫਰੀਜ਼ ਸ਼ਰਾਫਤ ਵੀ ਦੋਸਤਾਂ ਚੈੱਕ ਕਰਾ ਦਿੱਤੀ ਹੈ ਜਰਸੀ ਤੇ ਫਰੀਜ਼ੀਅਨ ਕਰਾਸ ਹੈ ਨੰਬਰ 7 ਤੇ ਚੈੱਕ ਕਰਾਈਏ ਗੱਬਣ ਮਾਸ਼ਾਅੱਲਾ ਜੀ ਜਰਸੀ ਤੇ ਫਰੀਜ਼ੀਅਨ ਕਰਾਸ ਇਹ ਰਾਜੀ ਅੰਦਰੋਂ ਮੱਝ ਲਿਆਓ ਜ਼ਰਾ ਤੁਸੀਂ ਆਓ ਜੀ ਵੀਰ ਜੀ ਕੀ ਰੇਟ ਹੈ ਜੀ ਵੈਡ ਨੰਬਰ 7 ਦਾ जी जिंदाबाद राजी माशाल्लाह जी बेहतरीन हो गया नंबर 7 चेक कराइए कीमत 3,15,000 आओ जी भाई मुबशर साहब लियाओ माशाल्लाह जी छोटी नंबर 1 आ गई खांगड़ है हां जी भाई फराज़ पहलवान खांगड़ माशाल्लाह जी खांगड़ भी असली ते नस्ली पूरी माशाल्लाह जी नवाब चीज खांगड़ की तफसील है वीर जी दी भाई फराज़ चोखा दी मुठ दे वीर जी मिलदी है दोवें टाइम ही अच्छा दूध किना दे रही है एदे कोल वीर जी 5 किलो दूध दे पूरा 5 किलो दूध दे वीर दोवा टाइमा दा टोटल दूध 5 किलो वे सुबह किनवा सुई है जी सुबह वीर जी तीसरा सुई जे भाई खिला रहे हो जी जिंज वजूद है सुबह भाई जी दूसरा भी कह सकदे हन धुनी दा मेरे चाह ने जसामत दोस्तों वेखनी है जसामत वड्डी है दूध 5 किलो वे क्रॉस हुई है कि नहीं नहीं भाई फराज़ कोई नहीं होई क्रॉस ठीक है दूध ही दूध है हां जी 5 किलो दूध है वीर जी दोवें टाइम ही भावे जोवे भावे एक टाइम जोवे दोवें टाइम ही वीर जी जही ते चोने सुवाई दोवें टाइम पाड़े हां जी भाई दा चेहरा सामने करे हो जरा भाई फराज़ चोखा दी मोट सुटियां वीर जी पसंद आंदी है ठीक है हां माशाल्लाह जी चेहरा भी दोस्तों वेख लेना वे ਵੱਡੀ ਜਸਾਮਤ ਤੇ ਪਹਿਲਵਾਨ ਚੀਜ਼ ਹੈ ਜੀ ਥਾਣਵੀ ਦੋਸਤਾਂ ਚੈੱਕ ਕਰਾ ਦੇਣਾ ਭਾਈ ਲੱਸੀ ਦੀ ਕਰਾਇਓ ਜ਼ਰਾ ਜਸਾਮਤ ਕੀ ਡੀ ਤੇ ਧੁਨੀ ਦਾ ਮੈਨੂੰ ਨਿਸ਼ਾਨੀ ਹੈ ਜੀ ਲੈ ਆਓ ਭਾਈ ਮੁਬਸ਼ਰ ਪ੍ਰਤਾਪ ਜੀ ਇਰਾਦ ਹੈ ਹੀ ਨਹੀਂ ਹਾਂਜੀ ਗੱਲ ਹੈ ਭਾਈ ਤਨਵੀਰ ਕੋ ਜਨਵਰ ਜ਼ਰਾ ਰੈਡੀ ਰੱਖਣਾ ਕੀ ਅੱਜ ਰਸਤ ਦੇ ਹੋ ਗੱਬਾ ਲਿਆ ਤਨਵੀਰ ਐ ਮਾਸ਼ਾਅੱਲਾ ਜੀ ਟੋਰ ਵੀ ਦੋਸਤਾਂ ਵੇਖ ਲੈਣੀ ਹੈ ਖਾਂਗੜ ਝੋਟੀ ਹੈ ਪਹਿਲਵਾਨ ਚੀਜ਼ ਹੈ ਮਾਸ਼ਾਅੱਲਾ ਜੀ ਨੰਬਰ 1 ਤੇ ਚੈੱਕ ਕਰਾਈਏ ਦੁੱਧ 5 ਕਿਲੋ ਵੇ ਲਬਾਸ ਵੀ ਦੋਸਤਾਂ ਚੈੱਕ ਕਰਾ ਦੇਣਾ ਜੀ ਵੀਰ ਜੀ ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ ਭਾਈ ਫਰਾਜ਼ झोटी नंबर 2 आ गई कालियां अखां ने यह भी पहलवान चीज है माशाल्लाह जी राजी जरा वेख के टुरना जी काला ब्रांड
ਇਹ ਗੱਬਣ ਹੈ ਜੀ, ਲੰਮੀ ਢੋਰਿਓ ਜ਼ਰਾ, ਲੰਮੀ ਢੋਰਿਓ ਜ਼ਰਾ, ਟੋਰ ਕੇ ਲਿਆ ਮਾਸ਼ਾਅੱਲਾ ਜੀ। ਲਿਬਾਸ ਵੀ ਦੋਸਤਾਂ ਵੇਖ ਲੈਣਾ ਹੈ, ਗੱਬਣ ਹੈ। ਸੋਭਾ ਕਿੰਨਵਾਂ ਸੋਹਣਾ ਜੀ ਇਹਨੇ ਭਾਈ ਫਰਾਜ਼, ਤੀਸਰਾ ਸੋਭਾ ਵੀਰ ਜੀ ਇਹਨੇ, ਸੋਭਾ ਤੀਸਰਾ, ਪਹਿਲਵਾਨ ਚੀਜ਼ ਦੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਥਾਣ ਵੀ ਸੋਹਣੇ, ਪਾਵਰਫੁਲ ਲੱਗੇ ਨੇ, ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ, ਬਰੀਕ ਚਮੜੀ ਹੈ, ਕਾਲੀਆਂ ਅੱਖਾਂ ਨੇ। ਲੰਮੀ ਭਾਈ ਟੋਰ ਕੇ ਲਿਆ, ਚਲੋ ਮੁਕੰਮਲ ਹੀ ਕਾਲੀ ਸੀ। ਫੁਸ਼ਲ ਲਿਬਾਸ ਸਫੇਦ ਨੇ, ਦਿਨ ਕਿੰਨੇ ਕੁ ਲੈ ਰਹੀ ਹੈ ਜੀ? ਭਾਈ ਫਰਾਜ਼, ਇਹ ਲਿਆ ਕੋ 3-4 ਦਿਨ ਹੀ ਵੀਰ ਜੀ ਲੈਣੇ ਨੇ। ਤੂੰ ਨੀਏ ਦੀ ਵੀ ਨਾ ਆਉਂਦੇ ਬਰਾਬਰ ਜੀ, ਜਸਾਮਤ ਵੱਡੀ ਨਸਲੀ ਚੀਜ਼ ਹੈ। ਦਿਨ ਤਕਰੀਬਨ ਕੋਈ 3-4 ਲਿਬਾਸ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ। ਲਿਬਾਸ ਹੁਣ ਵੀ ਸੋਹਣਾ ਕੀਤਾ, ਸੁਬਾਹ ਤੀਸਰਾ ਸੋਹਣਾ, ਚੰਗਾ ਚੌੜਾ ਪੁੱਠਾ ਵੇ। ਟੋਰ ਵੀ ਦੋਸਤਾਂ ਵੇਖਣੀ, ਲੈ ਚਲੋ ਜੀ ਰਾਜੀ ਆਓ ਜੀ। ਵੀਰ ਜੀ ਕੀ ਰੇਟ ਹੈ ਜੀ ਮੱਝ ਨੰਬਰ 2 ਦਾ? ਲਓ ਜੀ ਸੋਹਣਾ ਜਿਹਾ ਰੇਟ ਭਾਈ ਫਰਾਜ਼, ਮੱਝ ਨੰਬਰ 2 ਦਾ ਰੇਟ ਜੀ ਵੀਰ ਜੀ 3,70,000 ਰੁਪਈਆ। 3,70,000 ਜੀ, ਬਿਹਤਰ ਹੋ ਗਿਆ। ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ, ਨੰਬਰ 2 ਦੀ ਚੈੱਕ ਕਰਾਈਏ ਕੀਮਤ ਡਿਮਾਂਡ 3,70,000। ਇਹ ਮਾਸ਼ਾਅੱਲਾ ਜੀ, ਇਹ ਬਟਨ ਵੀ ਹੈ ਨੇ ਜੀ ਨੀਲੀ ਦੇ, ਉਹ ਵੀ ਦੋਸਤਾਂ ਵੇਖਣੇ। ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ ਜੀ ਰਾਜੀ, ਆਓ ਜਾ ਲਿਆਓ ਜੀ। ਪਹਿਲਨ ਝੋਟੀ ਮਾਸ਼ਾਅੱਲਾ ਜੀ, ਪਹਿਲਨ ਝੋਟੀ ਹੈ ਭਾਈ ਫਰਾਜ਼, ਛਿੱਗੀ ਦੇ ਮੂੰਹ 6 ਦੰਦ ਪਹਿਲਨ ਪਿੱਛੇ ਵੀ ਕੱਟੀ ਜੀ ਹੁਣੀ ਭਾਈ ਫਰਾਜ਼, ਹੋਈ ਹੈ ਸੁਬਾਹ ਹੀ ਜ਼ੋਰ ਸ਼ੋਰ ਸੁੱਟੀ ਸੂ। ਅੱਛਾ, ਤੇ ਕੱਟੀ ਵੀ ਭਾਈ ਫਰਾਜ਼ ਪਿੱਛੇ ਵੀ ਲਿਆਓ ਹੀ ਰਾਜੀ, ਇਹ ਪਿੱਛੇ ਦੇ ਕੱਟੀ ਹੈ, ਕੱਚਾ ਨਾਰੂ ਨਜ਼ਰ ਆਉਂਦਾ। ਆਪ ਵੀ ਭਾਈ ਫਰਾਜ਼ ਵੇਖੋ, ਕਬੂਤਰੀ ਹੈ, ਪੂਰਾ ਹੀਰਾ ਹੈ ਭਾਈ ਕਬੂਤਰੀ, ਸ਼ੋ ਪੀਸ ਹੀ ਹੈ ਮਾਸ਼ਾਅੱਲਾ ਜੀ। ਕਿੰਨੇ ਦੰਦ ਵੀਰ ਜੀ ਆ? 6 ਦੰਦ ਭਾਈ ਫਰਾਜ਼, ਛਿੱਗੀ ਮਾਸ਼ਾਅੱਲਾ ਜੀ। ਅੱਜ ਸੁਬਾਹ ਹੀ ਸੋਈ ਹੈ, ਪਿੱਛੇ ਦੇ ਕੱਟੀ ਹੈ, ਕਰਮ ਵਾਲੀਆਂ ਆ ਵੀ ਦੋ ਨੇ। ਪਹਿਲਨ ਝੋਟੀ ਇਹ ਨੰਬਰ 3 ਦੇ ਚੈੱਕ ਕਰਾਨੇ ਆ, ਬੇਹੂ ਦਾ ਦੂੰਗਾ ਲੂੰਗਾ ਮੋਟੀ ਚੋਣ ਹੈ, ਝੋਟੀ ਦੀ ਨਿਕਲੀ ਚਵਾਈ ਪਹਿਲੀ ਕਰ ਲਈਏ। ਹਾਂਜੀ ਕਰ ਲਈਏ। ਕਿੰਨੀ ਬੋਲੀ ਕੱਢੀ ਹੈ ਭਾਈ ਫਰਾਜ਼? 2 ਕਿਲੋ ਸਿਰਫ ਦੁੱਧ ਚੋਇਆ ਇਹਦਾ, ਤੇ ਬਾਕੀ ਬੱਚੇ ਨੂੰ ਪਲਾਇਆ। ਜਾ ਨੂੰ ਪਲਾਇਆ ਵੇ, ਹਾਂਜੀ 2 ਕਿਲੋ ਬਸ ਚੋਇਆ ਵੇ। ਪਹਿਲੀ ਚਵਾਈ ਦੀ ਕੀਤੀ ਹੈ, ਹਾਂਜੀ ਦੂਸਰੀ ਚਵਾਈ ਹੋ ਗਈ। 2 ਘੰਟੇ ਭਾਈ ਫਰਾਜ਼ ਪਹਿਲੇ ਕੀਤੀ ਹੈ ਚਵਾਈ। ਠੀਕ ਹੈ, 2 ਘੰਟੇ ਪਹਿਲੇ ਪੁੱਠਾ ਵੀ ਦੋਸਤਾਂ ਵੇਖ ਲੈਣੇ, ਥਣ ਵੀ ਦੋਸਤਾਂ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। ਪਹਿਲਾਂ ਹੋ ਕੇ ਥਣ ਵੀ ਸੋਹਣੇ ਲੱਗੇ ਨੇ, ਤੇ 6 ਦੰਦ ਸੀ ਜੇ। 6 ਦੰਦ ਹਾਂਜੀ ਭਾਈ ਫਰਾਜ਼, ਇਹ ਪਿੱਛੇ ਦੇ ਕੱਟੀ ਹੈ ਮਾਸ਼ਾਅੱਲਾ ਜੀ, ਕੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ, ਆਪਾਂ ਨਾੜੂ ਵੀ ਦੋਸਤਾਂ ਵੇਖਣੇ। ਠੀਕ ਹੈ ਭਾਈ, ਬਣਾ ਕੇ ਛੋਟੀ ਦਾ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾਇਆ ਭਾਈ ਫਰਾਜ਼, ਚਿਹਰਾ ਦਿਖਾਇਓ ਦੋਸਤਾਂ ਨੂੰ। ਇਹ ਵੀ ਜੱਤਲ ਮਾਸ਼ਾਅੱਲਾ ਜੀ, ਸਿੰਗੀਆਂ ਛੋਟੀਆਂ ਅੱਜ ਵੇਖੋ ਮਾਸ਼ਾਅੱਲਾ ਜੀ, ਬਿਹਤਰੀਨ ਸਿੰਗੀਆਂ ਵੇਖ ਲਓ, ਚੱਪਾ ਧਰਿਆ ਲੁਕਦੀਆਂ ਨੇ ਵੇਖੋ। ਬਿਲਕੁਲ ਜੀ, ਤਿੰਨ ਉਂਗਲਾਂ ਵੀ ਰੱਖ ਲਓ ਤੇ ਫਿਰ ਵੀ ਲੁਕ ਜਾਣੀਆਂ। ਲਿਆਓ ਭਾਈ ਜਿਸਮ ਤੇ ਪਸ਼ਮ ਵੀ ਦੋਸਤਾਂ ਵੇਖ ਲੈਣੀ ਹੈ। ਪਹਿਲਨ ਛੋਟੀ ਨੰਬਰ 3 ਤੇ ਚੈੱਕ ਕਰਾਈਏ ਕੀ ਰਾਜੀ, ਜਾ ਕੇ ਕੱਢੋ ਜ਼ਰਾ। ਥਾਣ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ। ਠੀਕ ਹੈ ਭਾਈ, ਲੈ ਚਲੋ ਜੀ। ਜੀ ਵੀਰ ਜੀ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ? ਭਾਈ ਫਰਾਜ਼, ਝੋਟੀ ਨੰਬਰ 3 ਦਾ ਰੇਟ ਜੀ ਵੀਰ ਜੀ 4,25,000 ਰੁਪਈਆ। 4.25 ਲੱਖ? ਹਾਂਜੀ ਜੀ, ਬਿਹਤਰ ਹੋ ਗਿਆ। ਮਜ਼ੀਦ ਕੋ ਦੋਸਤਾਂ ਵਾਸਤੇ? ਕੋਈ ਨਹੀਂ ਭਾਈ ਫਰਾਜ਼, ਹੱਸਦੇ ਰਹਿਣ, ਵਾਸਦੇ ਰਹਿਣ, ਅੱਲਾ ਜ਼ਿੰਦਾਬਾਦ। ਵੀਰ ਜੀ ਸ਼ੋਕ ਛਕਰੋ ਆਇਆ, ਉਮੀਦ ਕਰਨੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।